ਬਹੁਤ ਹੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ ਕਰਾਂਗੇ 8ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪਾਠ 10ਵਾਂ ਪਾਠ ਦਾ ਨਾਮ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸੋ ਹੁਣ ਕਰਾਂਗੇ ਇਸ ਨਾਲ ਸੰਬੰਧਿਤ ਕੁਇਜ਼ ਸੋ ਆਓ ਚੱਲਦੇ ਹਾਂ ਪਹਿਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਭਾਰਤ ਅਤੇ ਯੂਰਪ ਵਿਚਕਾਰ ਵਪਾਰ ਕਰਨ ਲਈ ਕਿੰਨੇ ਰਸਤੇ ਸਨ 1 2 3 ਜਾਂ 4 ਸੋ ਭਾਰਤ ਅਤੇ ਯੂਰਪ ਵਿਚਕਾਰ ਵਪਾਰ ਕਰਨ ਲਈ ਤਿੰਨ ਰਸਤੇ ਸਨ ਸੋ ਆਪਸ਼ਨ ਤੀਸਰਾ ਇਸ ਦਾ ਸਹੀ ਉੱਤਰ ਹੈ ਅਗਲਾ ਪ੍ਰਸ਼ਨ ਵਾਸਕੋ ਡੀ ਗਾਮਾ ਕਿਸ ਦੇਸ਼ ਦਾ ਕਪਤਾਨ ਸੀ ਜੋ ਸਭ ਤੋਂ ਪਹਿਲਾਂ ਭਾਰਤ ਦੀ ਕਾਲੀਕਟ ਬੰਦਰਗਾਹ ਵਿਖੇ ਪਹੁੰਚਿਆ ਸੀ ਵਾਸਕੋ ਡੀ ਗਾਮਾ ਕਿਸ ਦੇਸ਼ ਦਾ ਕਪਤਾਨ ਸੀ ਜੋ ਸਭ ਤੋਂ ਪਹਿਲਾਂ ਭਾਰਤ ਦੀ ਕਾਲੀਕਟ ਬੰਦਰਗਾਹ ਵਿਖੇ ਪਹੁੰਚਿਆ ਸੀ ਇੰਗਲੈਂਡ ਅਮਰੀਕਾ ਪੁਰਤਗਾਲ ਜਾਂ ਫਰਾਂਸ ਸੋ ਇਸਦਾ ਉੱਤਰ ਹੋਏਗਾ ਆਪਸ਼ਨ ਤੀਸਰੀ ਉਹ ਪੁਰਤਗਾਲ ਦਾ ਕਪਤਾਨ ਸੀ ਸੋ ਆਪਸ਼ਨ ਤੀਸਰੀ ਸਹੀ ਉੱਤਰ ਹੈ ਸੋ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਡੱਚ ਅੰਗਰੇਜ਼ ਅਤੇ ਫ੍ਰਾਂਸੀਸੀਆਂ ਵਿਚਕਾਰ ਆਪਸੀ ਯੁੱਧ ਕਿਉਂ ਸ਼ੁਰੂ ਹੋਏ ਹੋ ਗਏ ਸਨ ਡੱਚ ਅੰਗਰੇਜ਼ ਅਤੇ ਫ੍ਰਾਂਸੀਸੀਆਂ ਵਿਚਕਾਰ ਆਪਸੀ ਯੁੱਧ ਕਿਉਂ ਸ਼ੁਰੂ ਹੋ ਗਏ ਸਨ ਭਾਰਤ ਉਤੇ ਕਬਜ਼ਾ ਕਰਨ ਲਈ ਭਾਰਤ ਵਿੱਚ ਵਪਾਰ ਕਰਨ ਲਈ ਉਹਨਾਂ ਦੇ ਰਾਜਾਂ ਦੀ ਮੌਤ ਕਰਨ ਅੰਗਰੇਜ਼ਾਂ ਦੀ ਕਮਜ਼ੋਰੀ ਕਰਨ ਸੋ ਇਸ ਦਾ ਉੱਤਰ ਹੈ অপਸ਼ਨ ਦੂਸਰੀ ਭਾਰਤ ਵਿੱਚ ਵਪਾਰ ਕਰਨ ਲਈ ਸੋ ਇਹ ਪਹਿਲਾਂ ਵਪਾਰ ਕਰਨ ਲਈ ਆਏ ਸਨ ਤੇ ਇਸ ਸੰਬੰਧੀ ਹੀ ਇਹਨਾਂ ਦੇ ਆਪਸ ਵਿੱਚ ਯੁੱਧ ਹੁੰਦੇ ਸਨ ਅਗਲਾ ਪ੍ਰਸ਼ਨ ਹੈ ਗੋਆ ਕਿਸ ਯੂਰਪੀ ਦੇਸ਼ ਦੀ ਬਸਤੀ ਸੀ ਗੋਆ ਕਿਸ ਯੂਰਪੀ ਦੇਸ਼ ਦੀ बस्ती इंग्लैंड डच पुर्तगाल या फ्रांस सो इसका उत्तर है ऑप्शन तीसरी पुर्तगाल सो गोवा पहला पुर्तगाल की बस्ती सी सो चलते हैं अगले प्रश्न के उपर अगला प्रश्न है पौंडेचरी किस यूरोपी देश की बस्ती सी पौंडेचरी ਕਿਸ ਯੂਰਪੀ ਦੇਸ਼ ਦੀ ਬਸਤੀ ਸੀ ਇੰਗਲੈਂਡ ਡੱਚ ਪੁਰਤਗਾਲ ਜਾਂ ਫਰਾਂਸ ਸੋ ਇਸ ਦਾ ਉੱਤਰ ਹੈ অপਸ਼ਨ ਚੌਥੀ ਫਰਾਂਸ ਜਾਨਕਿ ਪੌਂਡੇਚਰੀ ਫਰਾਂਸ ਦੀ ਬਸਤੀ ਸੀ ਅਗਲਾ ਪ੍ਰਸ਼ਨ ਡੱਚ ਅੰਗਰੇਜ਼ ਅਤੇ ਫਰਾਂਸੀਸੀ ਸ਼ਕਤੀਆਂ ਦੀ ਲੜਾਈ ਵਿੱਚ ਆਖਰੀ ਜਿੱਤ ਕਿਸ ਦੀ ਹੋਈ ਸੋ ਇਹਨਾਂ ਵਿੱਚੋਂ ਆਖਰੀ ਜਿੱਤ ਹੋਈ ਸੀ ਇੰਗਲੈਂਡ ਦੀ सो so, चलते हैं अगले प्रश्न के उपर ईस्ट इंडिया कंपनी की स्थापना कदों हुई ईस्ट इंडिया कंपनी की स्थापना हुई सी इकती दिसंबर सोलह सौ ईस्वी सो so, पहली ऑप्शन ठीक उत्तर है इकती दिसंबर सोलह सौ ईस्वी सो so, आओ चलिए अगले प्रश्न से महाराणी अलिजाबैथ पहली ने ईस्ट इंडिया कंपनी भारत नपारे समय ऐका एकाधिकार दिता से महाराणी अलिजाबैथ पहली ने नेस्ट इंडिया कंपनी भारत नपारे समय एक एकाधिकार दिता से दस साल पंद्रह साल भी साल जी साल सो so इसका उत्तर है पंद्रह साल लिए सो so दूसरी ऑप्शन इसका उत्तर है सो so चलते हैं अगले प्रश्न से हेठा दक्शे ध्यान देख के दसो कि मछलीपट्टम भारत के किस तट पर स्थित है सो दसना है किड़े तट पर मछलीपट्टम है आओ देखते हैं नक्शे सो इधर देख पा रहे हैं इधर मुंबई है गोवा कालीकट पौंडीचरी मद्रास पुलीकट मछलीपट्टम सो मछलीप्टम इस बारे ही प्रश्न है सो देखते हैं केड़े है। कि जिदा कि तुम देख ही पा रहे हो ਇਹ ਪੂਰਬ ਵਾਲੇ ਪਾਸੇ ਹੈ ਸੋ ਇਸ ਦਾ ਉੱਤਰ ਹੋਏਗਾ ਪੂਰਬੀ ਤੱਟ ਤੇ ਸੋ ਮਛਲੀ ਪਟਮ ਯਾਨੀ ਕਿ ਇਹ ਪੂਰਬੀ ਤੱਟ ਤੇ ਸਥਿਤ ਹੈ ਸੋ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਅੰਗਰੇਜ਼ ਕੰਪਨੀ ਦਾ ਕਿਹੜਾ ਪ੍ਰਤੀਨਿਧ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ ਅੰਗਰੇਜ਼ ਕੰਪਨੀ ਦਾ ਕਿਹੜਾ ਪ੍ਰਤੀਨਿਧ ਜਹਾਂਗੀਰ ਤੋਂ ਵਪਾਰਕ ਸੌਲਤਾਂ ਲੈਣ ਵਿੱਚ ਸਫਲ ਹੋਇਆ ਵਿਲੀਅਮ ਹੇਸਟਿੰਗ ਸਰ ਥਾਮਸ ਰੋ ਵਿਲੀਅਮ ਬੈਂਟਿਕ ਜਾਂ ਲਾਰਡ ਲਾਜੀ ਸੋ ਇਸ ਦਾ ਉੱਤਰ ਹੈ ਆਪਸ਼ਨ ਦੂਸਰੀ ਸਰ ਥਾਮਸ ਰੋ ਸੋ ਥਰਸਟ ਸਰ ਥਾਮਸ ਰੋ ਜਹਾਂਗੀਰ ਤੋਂ ਵਪਾਰਕ ਸੌਲਤਾਂ ਲੈਣ ਵਿੱਚ ਸਫਲ ਹੋਇਆ ਸੀ ਸੋ ਵਿਦਿਆਰਥੀਓ ਏ ਸੀ ਪਾਠ ਦਸਵਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਸੰਬੰਧਿਤ ਕੁਐਸਚਨ ਜੇਕਰ ਇਹ ਤੁਸੀਂ ਕੁਇਜ਼ ਖੁਦ ਹੱਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਦਾ ਲਿੰਕ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਇਹ ਖੁਦ ਵੀ ਹੱਲ ਕਰਕੇ ਦੇਖ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ